मुकद्दर। क्या कैसे हैं आप? मैं ठीक हूँ। बड़ी गल है, मेरे ना भी ठीक है। ओए ओए मुबारक होवे तेरा बाप दा उस बच गया। मैडम आर्डर लाओ। पाशा कड़वा। पाशा कड़वा। पाशा पाशा पा पाशा कड़वा। पाशा 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 बार कर दे। ओ मैं बार कर दे पाशा नहीं तो ऐसी जगह ते गोली मारेगा सौखी लंग जाएगी। पाशा पाशा बार कर दे। ओ मैं कितों कड़ा मैं दाई दा मुंडा। नहीं तू मेरा मुंडा है। काट पाशा बार। पाशा हां हां मुझे याद आया पाशा वो छोटे जे काता ना 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 ठीक जे सावला रंग कड़ा कट पाया ऐसी है ना वो दा नहीं मेनू पता। सैड पे आ जा आ बच्ची ओए पाशा काट। अच्छा इत्ते होने पाशा काट बार मैं तन कह रहा पाशा काट। अच्छा जी ओए ओ सावे हो ओ कोई कुड़ी मैनू भी दे दियो कि मैं अभिनंदन ना। अभिनंदन मेरा साला है। गोली मारांगा। कौन गोली मारांगा? मैं। एदा घोड़ा किथे है? वो तेरी मां नूं लैण गया। गोली मारांगा। गोली मारेगा? हाँ जी। ओ एदा ते घोड़ा ही नहीं हैगा। ओ अन्नी दिया ए लेडीज पिस्तौल है। ते मैं गोली खा के मारा ना। आओ क्यों हो? मैं तुन मारा ना तेरे। मैडम गुस्से च है ने। वालेकुम अस्सलाम। गोला की है? अपना किथे क्यों जी? पाशा 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 किथे? पाशा बार कर। पाशा किथे? इथे 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 नहीं हो किथे? बखा जे पाशा बखावा ते पछाड़ लेगा। ओ भाजी बहुत पाला सिंटा नहीं तकाल दे। मैडम जी ये मेरे को नहीं काबू आने लगा। मारा फैर मारा फैर मार ले। दो दो मिनट ही होवे ने पराउने इने तेरी जवानी तो ही लाना था। इतनी कौन है? ये बड़ी पढ़ी लिखी लड़की है, मॉडल है, बड़ी खूब इतना अदब च रहना अपना। अदब हां डिसेंट लगे लगे ते तू एमए फेल है। ओ तो लगना ही लगना तू बगा। सलाम। वालेकुम अस्सलाम। कैसी आप? आई एम गुड। वो मैं यमन के टीटा के सिलसिले में आया था। पढ़े लिखे ने अदब ना गल करनी चाहिए। हाँ जी जी इन्होंने मैं माजरत करना। मैं ये दसो कि इंग्लिश आई लव यू का मतलब की? बकवास करते ने वो कहिंदा मैं अदब दसना। ये देखो अदब। मैम एक सवाल फसा हुआ ज़ेहन में। ये जेड़ा रोल आ मिलना कभी चलता वेख्या? लॉट ऑफ टाइम। वो जो पिछो गन्ना दईदा गन्ना को ढिला जाए कदों निकल आउंदा? घोड़ाले चौल होन ते नाल होवे दही। घोड़ाले चौल होन ते नाल होवे दही पर नहीं। मजा मजा दिल नहीं कर रहा तो कर रहा ना।
ਦੂਸਰਾ ਆਦਮੀ ਅੱਲਾ ਦਾ ਸ਼ੁਕਰ ਹੈ ਓਏ ਸ਼ੇਰ ਸ਼ੇਰ ਕਬਲੇ ਸ਼ੇਰ ਸੁਣਾਉਣਾ ਹੈ ਜੀ ਤੁਹਾਡੀ ਨਜ਼ਰ ਮਾਰਫਤ ਦਾ ਸ਼ੇਰ ਹਾਂਜੀ ਸੁਣਾ ਲਿਖਿਆ ਸੁਣਾ ਕਹਿੰਦਾ ਕਿ ਇਸ਼ਕ ਤੇਰੇ ਨੇ ਮੈਨੂੰ ਕੁੱਤਿਆਂ ਕੀਤਾ ਬੇਸ਼ੱਕ ਓਏ ਹਲੋ ਆ ਮੂੰਹ ਬੰਦ ਕਰਕੇ ਖਲੋ ਰੋਬਨ ਡੀਲ ਦੇ ਮੈਨੇਜਰ ਇਧਰ ਆਏ ਸ਼ੇਰ ਕਰ ਪੂਰਾ ਜੀ ਅਜੇ ਪੂਰਾ ਕਰ ਆ ਤੂੰ ਹੀ ਦੱਸਣਾ ਚੱਲ ਪੂਰਾ ਕਰ ਇਹ ਜਦੋਂ ਹੋ ਜਾਵੇ ਪੂਰਾ ਫਿਰ ਦੱਸੀ ਇਸ਼ਕ ਤੇਰੇ ਹਾਂ ਸੁਣਾਉਣ ਤੇ ਲੱਗਾ ਇਸ਼ਕ ਤੇਰੇ ਨੇ ਇਸ਼ਕ ਤੇਰੇ ਨੇ ਮੈਨੂੰ ਕੁੱਤਿਆਂ ਕੀਤਾ ਅਗਲੀ ਲਾਈਨ ਉਹ ਕੁੱਤੇ ਦੇ ਬੱਚੇ ਅਗਲੀ ਲਾਈਨ ਦੱਸ ਇਹ ਤੈਨੂੰ ਸਾਨੂੰ ਸਮਝ ਆ ਗਈ ਹੈ ਅਗਲੀ ਲਾਈਨ ਦੱਸ ਇਸ਼ਕ ਤੇਰੇ ਨੇ ਕੁੱਤਿਆਂ ਕੀਤਾ ਆਪਣਾ ਇੱਕ ਲੈਨਰ ਦਾ ਮੂੰਹ ਹੈ ਤੇ ਮੈਨੂੰ ਲੈ ਕੇ ਆ ਗਈ ਅੱਛਾ ਜੀ ਆਦਮੀ ਸ਼ੇਰ ਇਸ਼ਕ ਤੇਰੇ ਨੇ ਮੈਨੂੰ ਕੁੱਤਿਆਂ ਕੀਤਾ ਜੇ ਤੈਨੂੰ ਯਕੀਨ ਨਹੀਂ ਆਉਂਦਾ ਤੇ ਜਾ ਸਮੁੰਦਰੀ ਨਾ ਹੁੰਦੀ ਰਜਾਣਾ ਨਾ ਹੁੰਦਾ ਤੂੰ ਦੁਨੀਆਂ ਤੇ ਨਹੀਂ ਆਉਣਾ ਸੀ ਜੇ ਮੇਰੇ ਅੱਬੇ ਦਾ ਆਉਣਾ ਜਾਣਾ ਨਾ ਹੁੰਦਾ ਮੇਰਾ ਆਪਾ ਵੀ ਤੁਹਾਡੇ ਵੱਲ ਜਾਂਦਾ ਤੂੰ ਵੀ ਏਡਾ ਸਿਆਣਾ ਲਾਉਂਦਾ ਮੇਰੇ ਅੱਬੇ ਨੇ ਨਹੀਂ ਫੜਿਆ ਜਾਣਾ ਸੀ ਜੇ ਸਾਹਮਣੇ ਥਾਣਾ ਨਾ ਹੁੰਦਾ ਮੈਂ ਤੇਰੇ ਘਰੋਂ ਨਿਕਲਣਾ ਨਹੀਂ ਸੀ ਜੇ ਮੈਂ ਨਾਣਾ ਲਾਉਂਦਾ ਉਹ ਤੇਰੇ ਲੱਕ ਦੀ ਹੱਡੀ ਵੀ ਟੁੱਟ ਜਾਣੀ ਸੀ ਜੇ ਥੱਲੇ ਸਰਾਣਾ ਲਾਉਂਦਾ ਮਾਰਾਂ ਗੋਲੀ ਚੜਾਵਾਂ ਗੋਲੀ ਮੈਂ ਜਿਵੇਂ ਗੋਲੀਆਂ ਚੜ੍ਹਦੀਆਂ ਨਹੀਂ ਵੇਖੀਆਂ ਕਿਵੇਂ ਚੜ੍ਹਦੀਆਂ ਜਦੋਂ ਕੋਈ ਕਵੇ ਓਏ ਇਹ ਕੀ ਕਰ ਰਹੇ ਹੋ ਹਰ ਚੌਂਕ ਦੇ ਵਿੱਚ ਯਖਨੀਆਂ ਉਬਲੇ ਆਂਡੇ ਨਾਲ ਦੋ ਝਾੜ ਕੇ ਪੋਟੇ ਖਾਧੇ ਹੋਣ ਬੰਦੇ ਨੇ ਇਹ ਪਾਸ਼ਾ ਤੇ ਪਾਸ਼ਾ ਹੁੰਦਾ ਫਿਰ ਮੈਂ ਪਾਸ਼ਾ ਤੋਂ ਬਗੈਰ ਨਹੀਂ ਰਹਿ ਸਕਦੀ ਮੈਂ ਪਾਸ਼ਾ ਦੇ ਦੇ ਤੁਸੀਂ ਜਾਓ ਫਿਰ ਮੈਨੂੰ ਨਾਲ ਲੈ ਕੇ ਆਏ ਨੇ ਪਾਸ਼ਾ ਨੂੰ ਲੱਭਣ ਵਾਸਤੇ ਲੈ ਤੂੰ ਕੀ ਪਾਸ਼ਾ ਫੜ ਕੇ ਫੜਾਉਣਾ ਉਹਨਾਂ ਨੂੰ ਪੁੱਤਰ ਮੇਰੇ ਕਾਬੂ ਆ ਗਿਆ ਨਾ ਮੈਂ ਫੜ ਗਈ ਝਾੜ ਕੇ ਤੇ ਮੈਡਮ ਦੇ ਹਵਾਲੇ ਕਰਾਂ ਫਿਰ ਕੀ ਫਾਇਦਾ ਉਹਨਾਂ ਨੂੰ ਕਹਿੰਦੇ ਫੜਾ ਤਾਂ ਕਿ ਉਹ ਝਾੜਨ ਝੂੜਨ ਫਿਰ ਕਿੱਥੇ ਸਾਬੀ ਤੂੰ ਲਿਆ ਕਿੱਥੇ ਜਾਵੇ ਪਾਸ਼ਾ ਮੈਨੂੰ ਛੱਡਣਾ ਨਹੀਂ ਅੱਛਾ ਜੀ ਹਾਂ ਜਿੱਦੇ ਤੁਸੀਂ ਸ਼ਕੀਨ ਹੋ ਮੈਨੂੰ ਕਿਉਂ ਲੱਗਦਾ ਮੇਰਾ ਮਕਾਨ ਵਿਕ ਗਿਆ ਨਾ ਤੇਰੇ ਮਕਾਨ ਦਾ ਕੀਤਾ ਲੱਗੇ ਤੇਰੇ ਮਕਾਨ ਦਾ ਕੀਤਾ ਲੱਗੇ ਇੱਥੇ ਰੱਖ ਕੇ ਜੇ ਮੈਂ ਗੋਲੀ ਮਾਰਾਂ ਹਾਂਜੀ ਕਿੱਥੋਂ ਨਿਕਲੇਗੀ ਆ ਪਾਸ਼ੇ ਦੇ ਕੋਲੋਂ ਕੋਲੋਂ ਹੀ ਨਿਕਲੇਗੀ ਹਾਂਜੀ ਇਹ ਕੀ ਹੈ ਓਏ ਮੈਡਮ ਲਈ ਫੜਾਤੀ ਜੇ ਪਾਇਆ ਜੇ ਪਾਇਆ
ਪਾਇਆ ਜੀ ਕੀ ਮੈਂ ਟ੍ਰੇਨ ਗਾਰਡ ਅੱਛਾ ਅਗਰ ਪੈਸੇ ਤੁਸੀਂ ਮੇਰੀ ਇੱਜ਼ਤ ਦੀ ਜਗ੍ਹਾ ਤੇ ਜ਼ਾਹਿਰ ਤੁਹਾਡੇ ਚ ਪਿਸਤੌਲ ਹੈ ਮੈਂ ਤੁਹਾਡੇ ਲਈ ਇੱਜ਼ਤ ਦੀ ਜਗ੍ਹਾ ਕਿਉਂਕਿ ਮੇਰੇ ਕੋਲ ਵੀ ਪਿਸਤੌਲ ਲੜਾਈ ਦਾ ਤੁਸੀਂ ਖਾਇਆ ਡਨ ਏਡਾ ਕਮਜ਼ੋਰ ਹੈ ਏਡਾ ਕਮਜ਼ੋਰ ਹੈ ਏਡਾ ਕਮਜ਼ੋਰ ਬਾਰਿਸ਼ ਨਾਲ ਗਿਆ ਪਹਿਲੀ ਕੜੀ ਸਿਰ ਚ ਵੱਜੀ ਤੇ ਕੋਮੇ ਚ ਚਲ ਗਈ ਉਹ ਜਾਲਾ ਕਣੀ ਦੀ ਵਜ੍ਹਾ ਤੋਂ ਨਹੀਂ ਸੀ ਗਿਆ ਠੰਡੀ ਸੀ ਅੱਜ ਵੈਸੇ ਜਿੰਨੀ ਬਾਰਿਸ਼ ਹੋ ਰਹੀ ਨਾ ਬਾਹਰ ਅੱਜ ਪਾਸ਼ਾ ਪਾਸ਼ਾ ਹੋਣੀ ਜੇ ਮੇਰੀ ਗੱਲ ਸਰ ਹਾਂਜੀ ਮੇਰਾ ਪਾਸ਼ਾ ਵੇਖਿਆ ਤੂੰ ਹੋਰ ਪਾਸ਼ੇ ਤੋਂ ਇਲਾਵਾ ਹੈਗਾ ਕੀ ਸਾਡੇ ਕੋਲ ਉਹਨੂੰ ਨਹੀਂ ਵੇਖਣਾ ਸੀ ਕਿਹਨੂੰ ਵੇਖਣਾ ਹੈ ਕਿੱਥੇ ਲੈ ਕੇ ਆ ਮੈਡਮ ਉਦਾਸ ਨੇ ਦੋ ਦਿਨ ਤੋਂ ਮੈਂ ਦੋ ਦਿਨ ਤੋਂ ਪਾਸ਼ਾ ਨਹੀਂ ਵੇਖਿਆ ਸਹੀ ਦੱਸ ਮੈਨੂੰ ਕਿਉਂ ਲੱਗਦੇ ਨੇ ਪਾਸ਼ਾ ਹਲਾਲ ਹੋ ਦੇਣਾ ਜੇ ਸਾਹ ਲਿਆ ਤੇ ਪਤਾ ਲੱਗਿਆ ਧੌਣ ਫਿਰ ਉਹਨੇ ਕਾਨਾ ਜਿਹਾ ਖੋਲਿਆ ਮਾਰਾ ਫੈਰ ਮਾਰਾ ਭਾਈ ਜੀ ਵੇਖੋ ਤੁਸੀਂ ਪਾਤਸ਼ਾਹ ਸਾਹਿਬ ਚਾਹੀਦੇ ਨੇ ਗੱਲਾਂ ਨੀ ਚਾਹੀਦੀਆਂ ਪਾਤਸ਼ਾਹ ਸਾਹਿਬ ਵੀ ਮਿਲ ਜਾਣਗੇ ਸਰ ਤੇ ਤੁਹਾਡੇ ਕੋਲ ਹੀ ਆ ਪਾਤਸ਼ਾਹ ਹੈ ਫੁੱਲ ਚੈੱਕ ਕਰ ਕਿੰਨਾ ਕਮਜ਼ੋਰ ਕਹਿਣਾ ਕੀ ਚਾਹੁੰਦਾ ਤੂੰ ਆਏ ਏਡਾ ਕਮਜ਼ੋਰ ਹੈ ਹਸਪਤਾਲ ਮਰੀਜ਼ ਦਾ ਪਤਾ ਲੈਣ ਕਹਿੰਦਾ ਮਰੀਜ਼ ਨੂੰ ਛੁੱਟੀ ਦੇ ਕੇ ਇਹਨੂੰ ਦਾਖਲ ਕਰ ਲਿਆ ਤੇ ਬੈੱਡ ਦੇ ਉੱਤੇ ਬੋਤਲ ਪਾਈ ਤੇ ਇਹਨੂੰ ਬੋਤਲ ਵਾਲੀ ਜਗ੍ਹਾ 'ਤੇ ਟੰਗਿਆ ਉਹਨਾਂ ਨੇ ਆਇਆ ਮੈਂ ਕਿਹਾ ਭਾਈ ਇਹ ਕੀ ਕਰੇ ਕਹਿੰਦੀ ਜੀ ਬੋਤਲ ਬਹੁਤ ਹੀ ਲੱਗ ਗਈ ਸੀ ਵਾਪਸ ਕੱਢ ਰਹੇ ਹਾਂ ਮੈਨੂੰ ਪਤਾ ਪਾਸ਼ਾ ਕੌਣ ਹੈ ਜੀ ਪਾਸ਼ਾ ਕੌਣ ਹੈ ਪਾਸ਼ਾ ਕੌਣ ਹੈ ਕਿਧਰਾ ਹੈ ਉਹ ਪਾਸ਼ਾ ਸਾਹਿਬ ਬੜੇ ਖੂਬਸੂਰਤ ਨੇ ਛੋਟੇ ਜਿਹੇ ਹੈਗੇ ਨੇ ਬੜਾ ਵੱਡਾ ਕਰ ਰਿਹਾ ਨਹੀਂ ਛੋਟਾ ਹੀ ਠੀਕ ਹੈ ਜੀ ਵੱਡੇ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਉਹ ਵੱਡਾ ਸਾਰਾ 300 ਰੁਪਏ ਕਿਲੋ ਛੋਟਾ ਲੱਭਦਾ ਹੀ ਨਹੀਂ ਯੂਰਪ ਤੋਂ ਮੰਗਾਉਂਦੇ ਨੇ ਆਪਣੇ ਪਸੰਦੀਦਾ ਹੈਡ ਅੱਛਾ ਅੱਛਾ ਯੂਰਪ ਤੋਂ ਜੀ ਤੁਸੀਂ ਵੀ ਪਾਸ਼ਾ ਯੂਰਪ ਤੋਂ ਹੀ ਮੰਗਾਇਆ ਨਹੀਂ ਬੈਂਕਾਕ ਸੇ ਆਇਆ ਹੈ ਮਾਸ਼ਾਅੱਲਾ ਮੇਰੀ ਬਾਤ ਸੁਣੋ ਭਾਜੀ ਮੇਰਾ ਪਾਸ਼ਾ ਨਾ ਮਿਲਾ ਮੈਂ ਮਰ ਜਾਵਾਂਗੀ ਮੈਂ ਪਾਸ਼ਾ ਕੇ ਸਾਥ ਰੋ ਮਰਨਾ ਨਾ ਮਰਨਾ ਕੱਲ ਹੀ ਵੀ ਐਡਾ ਕਾਦਾ ਸੀ ਕਾਦ ਲਈ ਪਾਸ਼ਾ ਨਾਲ ਰੱਖੇ ਇੱਥੇ ਹੀ ਰੱਖੇ ਮਰਨ ਤੱਕ ਨਾ ਜਾਓ ਆਓ ਬਾਤ ਠੀਕ ਹੈ ਜੋ ਮਰਨਾ ਮੌਸਮ ਚੈੱਕ ਕਰ ਤੇ ਮੈਂ ਪਾਸ਼ਾ ਲੱਭ ਰਹੀਆ ਜੇ ਮੈਂ ਪਾਸ਼ਾ ਨਾਲ ਨਾ ਨਾ ਖੇਲੀ ਤੇ ਮੈਂ ਰੋਣਾ ਹੀ ਤੈਨੂੰ ਕਦੇ ਰੋਣਾ ਆਉਂਦਾ ਹੈ ਮੈਂ ਕਹਿ ਰਿਹਾ ਕਿ ਕਿਉਂ ਮੇਰਾ ਦਿਲ ਕਰ ਰਿਹਾ ਕਿ ਮੈਂ ਭੱਜ ਕੇ ਘਰੋਂ ਪਾਸ਼ਾ ਫੜ ਹੀ ਲਿਆ ਪਾਸ਼ਾ ਘਰ ਰੱਖੇ ਜਾਣਨਾ ਪਾਸ਼ਾ ਕੌਣ ਹੈ ਏਦਾਂ ਕਮਜ਼ੋਰ ਹੈ ਏਦਾਂ ਕਮਜ਼ੋਰ ਹੈ ਇਹਨੂੰ ਜਿੰਨ ਚਿੰਬੜਿਆ ਜਿੰਨ ਗਿੱਠ ਗਿੱਠ ਬਾਹਰ ਸੀ ਸਾਈਡਾਂ ਤੋਂ ਜਿੰਨ ਨੂੰ ਵੀ ਖੁੱਲਾ ਡੁੱਲਾ ਸੀ ਏਦਾਂ ਕਮਜ਼ੋਰ ਹੈ ਤੈਨੂੰ ਪਤਾ ਪਾਸ਼ਾ ਕੌਣ ਹੈ ਭਾਈ ਜੀ ਪਾਸ਼ਾ ਤੇ ਲੱਭ ਹੀ ਜਾਏਗਾ ਛੱਡੋ ਇਸ ਗੱਲ ਚ ਕੀ ਪਿਆ ਤੁਸੀਂ ਸੁਣਿਆ ਮੈਡਮ ਨੂੰ ਲਵ ਕਰਦੇ ਹੋ ਪਿਆਰ ਕਰਦੇ ਹੋ ਉਹਨਾਂ ਨੂੰ ਬਸ ਸ਼ਾਦੀ ਹੋ ਗਈ ਹੁਣ ਇਹਨਾਂ ਦੀ ਅੱਛਾ ਜੀ ਵੈਸੇ ਤੇ ਅਸੀਂ ਪਿਆਰ ਹੀ ਕਰਦੇ ਸੀ ਅੱਛਾ ਬਸ ਗਾਡ ਕੋਈ ਗੱਲ ਮੈਡਮ ਜੀ ਮੈਂ ਤੇਰੀ ਗੱਲ ਕਰਾਂ ਤੇਰੀ ਗੱਲ ਕਰਾਂ ਕਰ 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 ਥੋੜਾ ਜਿਹਾ ਖੁਸ਼ੀ ਹੋਊਗਾ ਅੱਛਾ ਜੀ ਇਹ ਦੇਖ ਹੁਣ ਤੂੰ ਕੀ ਜਾ ਕੇ ਕਰ ਹਾਂਜੀ ਹੈਲੋ ਮੈਡਮ ਮੇਰਾ ਜਿਹੜਾ ਦੋਸਤ ਤੁਹਾਡੇ ਬਗੈਰ ਸਿੱਧਾ ਨਹੀਂ ਰਹਿ ਸਕਦਾ ਸਿੱਧਾ ਨਹੀਂ ਰਹਿ ਸਕਦਾ ਅਗਰ ਤੁਸੀਂ ਉਹਨਾਂ ਮਿਲੇ ਉਹ ਮਰ ਜਾਏਗਾ ਮਰ ਜਾਏਗਾ ਮਰ ਜਾਏਗਾ ਮਰ ਜਾਏਗਾ ਤੁਸੀਂ ਉਹਦੀ ਗੱਲ ਸੁਣੋ ਮੇਰੀ ਗੱਲ ਸੁਣ ਜਿਸ ਤਰ੍ਹਾਂ ਤੂੰ ਕੀਤਾ ਤਾਂ ਮੈਂ ਤੇਰੇ ਤਰਸ ਆਇਆ ਤੇਰੇ ਮੂੰਹ ਨੂੰ ਸਿਰਫ 1 ਮਿੰਟ ਮੈਂ ਦੇਣੀ ਆ ਤੇ ਆਪਣੇ ਸਾਹ ਫੜ ਲੈ ਜਾ ਵੀ ਜਾ ਕੇ ਨਾ 1 ਮਿੰਟ ਦੇ ਵਿੱਚ ਇਜ਼ਹਾਰ ਕਰ ਲੈ ਅੱਛਾ ਜੀ ਆ ਜਾ ਆ ਜਾ 1 ਮਿੰਟ ਹੋ ਗਿਆ ਅਗਲੀ ਨੂੰ ਪਤਾ ਲੱਗੇ ਮਰ ਜਾਏਗਾ ਤੁਹਾਡੇ ਬਗੈਰ ਮਰ ਜਾਏਗਾ ਮਰ ਜਾਏਗਾ ਮਰ ਜਾਏਗਾ ਸਮਝ ਗਿਆ 30 ਸੈਕਿੰਡ ਤੇਰੀ ਕਿਸਮਤ ਹੈ ਚੱਲ
तेरी किस्मत ही तेनू 20 मिनट मिल गए हालांकि उत्थे जांदी आ तेरी नार ते नार जांदी अल्लाह खैर अल्लाह खैर अल्लाह खैर अल्लाह खैर अल्लाह खैर यार एक बार तो पूरा होने दे अरे दोबारा दसी हमेशा कुछ नहीं कही था कहते हेलो एक्सक्यूज मी क्या हाल है ठीक है आप मजे की ओके ओके चल आ जा आ जा मिनट ने मतलब लेस हो गया टाइम खत्म हो गया है भी मिनट पाशा कितने होए पाशे का तो मेरे पता नहीं पाजी दफा करे काम तो साडा पाशा काट पाशा मैडम दे हस्बैंड तेरे वालों दफा कर ला मैं तो फायदा लेके जाने यार भाई जी हां जी मैडम सोनी बड़ी लग रही मैं सदका देना है उत्तों अच्छा दो पाँच पाँच सौ है जी है जी है एक मेरे दे पाशा ढूंढो पाशा बाहर कटो बाहर निकल रहे हो के मारा फैर अंदर आके हाँ चूहा आ गया चूहा चूहा इतने सामने कहाँ सामने कहाँ सर मैं के हॉट पिशा रहे हैं अच्छा जी तो दफा हो जो हैं वो ठीक जा रहा आए कब फैर ना आए और पाशा आ गया जी नहीं असलाम बाद मसला है पाशा ए पाशा ने पिस्ती कुत्ती है और देखो को चुप खलोता मैडम किनो मिलना थी तू पाशा रह के आया से किथे पाशा पाशा किथे पाशा मेरा दोस्त है तोड़ा मियां मैं तो पाशा मेरे को नहीं अजय निकलना बंदे बहुत बैठे ने जिनी बारिश हो रही है पाशा निकलने में टाइम लगना ते गल सुनो मैं दस आज ना मेरा दोस्त है थे राणा साहब हां ओने दी है सालगिरह दसे सी ते ओ केक कटना पाशा दा केक कटा लगया पाशा दा केक पाशा दा ओ पाशा दा केक कट लिया फिर तेरे जोगा नहीं रहना ओ केक नहीं चौड़ा केक नहीं हुंदा चौड़ा केड़ा हुंदा ए ए ए ओ सालगिरह वाला ओ अल्लाह तेरा भला करे पर मेनू उम्मीद नहीं अच्छा ओ चौड़ा केक हुंदा ऐसा हुंदा है अस जद मैं दसन ने मैं थता अच्छा ऐसा चौरस केक उते पाशा लगा बनया होना इन कर बता रे मंगरा राजा राजा आजा पाशा होई ओ तुसी आ गए हो जनाब अंदर आ जाओ हुक्के च फेरना सी ओ पाजी माफी पड़या गया माफी उधर 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 बेगम तुसी ये तो कि रात तक ना रहे बेशर्मा तक पता मैं तेरे मंगा एक मिनट नहीं रहती तू दो दिन तो करो गायब हो जाए ਬੇਗੇ ਮੈਂ ਤੁਹਾਨੂੰ ਦੱਸ ਕੇ ਆਇਆ ਤੁਹਾਡੇ ਇੱਥੇ ਸਰਾਣੇ ਦੇ ਥੱਲੇ ਚਿੱਟ ਲੈ ਕੇ ਰੱਖਿਆ ਸੀ ਮੈਂ ਕੈਂਡੇ ਪਰ ਵਾਪਸ ਆ ਰਿਹਾ ਨਹੀਂ ਮਤਲਬ ਉਹ ਕੈਂਡਾ ਲੱਗਾ ਹੋ ਗਿਆ ਨਾ ਤੁਹਾਨੂੰ ਦੇ ਨਹੀਂ ਰੰਗ ਪੀਲਾ ਹੋ ਗਿਆ ਇਹਦਾ ਇੱਥੇ ਨੂੰ ਲੰਮਿਆਂ ਪਾ ਲਓ ਤੇ ਮੇਰੇ ਉੱਤੇ ਬਹਿ ਜਾ ਲੈ ਇਹਦੇ ਉੱਤੇ ਬਹਿ ਜਾ ਐਡੀ ਦੂ ਤੂੰ ਵੀ ਛੋਟੀ ਹੈ ਤੇਰੇ ਉੱਤੇ ਪਹਿਲੇ ਸਾ ਦੋ ਦਿਨ ਤੋਂ ਤੂੰ ਮੇਰੇ ਯਾਰ ਦੀ ਸਾਲਾ ਜਿਹਨੇ ਤੇ ਬੇਗਮ ਜੀ ਮੈਂ ਤੁਹਾਨੂੰ ਦੱਸ ਕੇ ਆਇਆ ਸਾ ਕਿ ਦੋ ਦਿਨ ਐਸੇ ਮੈਂ ਕੈਂਡੇ ਪਰ ਵਾਪਸ ਆ ਜਾਵਾਂਗਾ ਮੈਂ ਕੇਕ ਕੱਟ ਕੇ ਤੋਂ ਨਿਕਲ ਜਾਣਾ ਸੀ ਐਮਰਜੈਂਸੀ ਹੋ ਗਈ ਕੀ ਅੱਛਾ ਸਾਡੇ ਦੋਸਤ ਰਾਣੇ ਦੀ ਸਾਲਗਿਰਾ ਸੀ ਤੇ ਉੱਥੇ ਕੇਕ ਇਕੱਠੇ ਕੀਤੇ ਅਸੀਂ ਹਾਂ ਇੱਕ ਕੇਕ ਮੈਂ ਮੰਗਾਇਆ ਇੱਕ ਇਹਨੇ ਮੰਗਾਇਆ ਸੀ ਦੋ ਕਿਉਂ ਇੱਕ ਬੇਹੋਸ਼ ਹੋ ਗਿਆ ਵਿੱਚੋਂ ਇੱਕ ਡਿੱਗ ਪਿਆ ਉਹ ਤਾਂ ਪਤਾ ਨਹੀਂ ਕੀ ਹੋਇਆ ਕੇਕ ਕਿਵੇਂ ਬੇਹੋਸ਼ ਹੋ ਗਿਆ ਕੇਕ ਮਰ ਗਿਆ ਮਤਲਬ ਹੱਥੀ ਨਹੀਂ ਨਹੀਂ ਕੇਕ ਡਿੱਗਿਆ ਤੇ ਪਾਟ ਗਿਆ ਹਾਂਜੀ ਤੁਸੀਂ ਭਾਜੀ ਕਾਰਡ ਹੋਣ ਤੋਂ ਪਹਿਲੇ ਮਸ਼ੀਨ ਦੀ ਫਿਰਕੀ ਨਹੀਂ ਸੀ ਹੁੰਦੇ ਨਹੀਂ ਉਹਦੇ ਅੱਛਾ ਉਹਨੇ ਜਦੋਂ ਕੇਕ ਇੱਕ ਇਹਨੇ ਮੰਗਾਇਆ ਇੱਕ ਮੈਂ ਮੰਗਾਇਆ ਦੋਵਾਂ ਨੇ ਕੇਕ ਇੱਥੇ ਇਕੱਠੇ ਕੀਤੇ ਕੇਕ ਹੋ ਗਏ ਦੋਵੇਂ ਇਕੱਠੇ ਕੇਕ ਇੱਕ ਦੂਜੇ ਵਿੱਚ ਵੱਜੇ ਤੇ ਇੱਕ ਕੇਕ ਥੱਲੇ ਡਿੱਗ ਪਿਆ ਮੇਰੇ ਵਾਲਾ ਕੇਕ ਮੇਰਾ 21 ਸਾਲ ਦਾ ਸੀ ਹਾਂਜੀ ਹਾਂਜੀ ਉਹ ਛੇਤੀ ਡਿੱਗ ਪਿਆ 2100 ਦਾ 21 ਅੱਲਾ ਤੁਸੀਂ ਪਹਿਲੇ ਲੁੱਡੋ ਤੇ ਸੱਪ ਬਣ ਕੇ ਨਹੀਂ ਸੀ ਸੁੱਤੇ ਹੁੰਦੇ ਉਹ ਮੈਂ ਗਾਰਡ ਹੈਗਾ ਹਾਂਜੀ ਤੇ ਉਹ ਨੇ ਫਿਰ ਐਮਰਜੈਂਸੀ ਹੋ ਗਈ ਤੇ ਜਦੋਂ ਅਸੀਂ ਕੇਕ ਨੂੰ ਲੱਗੇ ਛੁਰੀ ਫੇਰਨ ਤੇ ਸਾਡਾ ਜਿਹੜਾ ਯਾਰ ਸੀ ਰਾਣਾ ਉਹਦੀ ਬੇਗਮ ਫੌਤ ਹੋ ਗਈ ਸੀ ਹੁਣ ਯਾਰ ਦੀ ਬੇਗਮ ਕਰ ਸਿੱਟੀ ਪਈ ਹੋਵੇ ਤੇ ਬੰਦਾ ਛੱਡ ਕੇ ਜਾਂਦਾ ਨਾ ਰੋਈਓ ਮਰੀ ਔਰਤ ਨੇ ਉੱਠ ਪੈਣੇ ਤੈਨੂੰ ਵੇਖ ਕੇ ਯਾਰ ਤੇ ਘਰ ਲਾਸ਼ ਪਈ ਹੋਵੇ ਤੇ ਬੰਦਾ ਛੱਡ ਕੇ ਜਾਂਦਾ ਚੰਗਾ ਤੇ ਨੀਲਾ ਲੱਗਦਾ ਬੇਗਮ ਹੁਣ ਅੱਜ ਉਹਦਾ ਉਹਦੀ ਲਾਸ਼ ਤੇ ਉਹਦੇ ਯਾਰ ਤੋਂ ਜਾਣੇ ਚਾਹੀਦੇ ਨਾ ਜਿਸ ਤਰ੍ਹਾਂ ਤੇਰੀ ਅੰਮੀ ਦੇ ਯਾਰ ਆਏ ਸੀ ਸੱਚੀ ਮੇਰੀ ਗੱਲ ਸੁਣ ਮੈਂ ਸਿਰਫ ਤੇਰੇ ਮੂੰਹ ਨੂੰ
ਤੇਰੇ ਕੋਲੋਂ ਇਹਨੂੰ ਮੈਂ ਛੱਡ ਰਹੀ ਆ ਅਗਰ ਇਹ ਨਾ ਨਾ ਪਹੁੰਚਿਆ ਤੇ ਮੈਂ ਤੈਨੂੰ ਛੱਡ ਦੇਣਾ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਨੇ ਕਿਹਾ ਤੇਰੇ ਮੂੰਹ ਨੂੰ ਮਤਲਬ ਤੇਰਾ ਮੂੰਹ ਹੈ ਨਹੀਂ ਹਾਂਜੀ ਇਹਦੇ ਮੂੰਹ ਨੂੰ ਲੋਕੀ ਕੁੱਤਾ ਨਹੀਂ ਛੱਡਦੇ ਹੈਲੋ ਸ਼ਟ ਅਪ ਮਤਲਬ ਜਾਓ ਤੁਸੀਂ ਸ਼ਹਿਰ ਨਾ ਜਾਓ ਕੋਈ ਐਸੀ ਗੱਲ ਨਹੀਂ ਦੋ ਦਿਨ ਦਾ ਚਲੋ ਕਹਿ ਰਿਹਾ ਅਗਲਾ ਆ ਜਾਏਗਾ ਆ ਚਲੋ ਬਾਹਰ ਤੁਸੀਂ ਫਿਕਰ ਨਾ ਕਰੋ ਤੇਰੀ ਮਿਹਰਬਾਨੀ ਅਸੀਂ ਬਾਜੀ ਜ਼ੋਰ ਨਾਲ ਗੋੜੀ ਨਾ ਮਾਰਨਾ ਪਿਛਲੀ ਵਾਰੀ ਵੀ ਤੁਹਾਡੀ ਪੈਂਟ ਡਿੱਗ ਪਈ ਸੀ ਹੈਲੋ ਨਹੀਂ ਉਹ ਇੰਜ ਹੁੰਦਾ ਸਾਹ ਘੁੱਟੇ ਜਾਂਦੇ ਨਾ ਜ਼ੋਰ ਲੱਗ ਕੇ ਹਜ਼ੂਰ ਮੈਂ ਬਚਾਇਆ ਤੂੰ ਮੇਰੀ ਪੁੱਤੀ ਨੂੰ ਤੂੰ ਲੈ ਕੇ ਆਇਆ ਸੀ ਹੈ ਨਾ ਆ ਤੇ ਮੈਂ ਲੈ ਕੇ ਆਉਣਾ ਹੈ ਓਏ 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 ਮਾਰਨੀ ਕਾਟ ਕੇ ਆਪਣੀ ਕਾਚ ਰਿਆ ਨਾ ਤੈਨੂੰ ਮੈਂ ਦੇਖ ਲੋ ਬਦਤਮੀਜ਼ੀ ਕਰ ਰਹੇ ਉਹ ਕੁੱਤੇ ਚਵਲ ਆਦਮੀ ਆ ਉਹਨੂੰ ਬਗੈਰ ਸਮਝਿਆ ਭੰਗਣ ਲਿਆ ਨੇ ਵਾ ਹੈਲੋ ਮੈਨੂੰ ਮੈਡਮ ਨੇ ਕਿਹਾ ਸੀ ਮੈਂ ਕੋਈ ਉਹਨੇ ਤੈਨੂੰ ਉਹਨੇ ਤੈਨੂੰ ਭੈਣ ਦਿੱਤੀ ਆ ਕੋਈ ਮੇਰਾ ਨਹੀਂ ਹੈਗਾ ਤੇ ਤੂੰ ਉਹਦੀ ਸਾਈਡ ਲੈਣੇ ਤੈਨੂੰ ਦਿੱਤੀ ਉਹਨੇ ਮੈਨੂੰ ਦਿੱਤੀ ਉਹ ਜੋ ਕਰਨੇ ਕਰ ਲੈ ਦਿੱਤੀ ਹੈ ਮੇਰੇ ਨਾਲ ਦੋ ਤੇ ਦੇ ਮੈਂ ਕੀ ਹੈ ਮੈਨੂੰ ਕੀ ਗੱਲ ਨਹੀਂ ਹੈ ਮੇਰੇ ਨਾਲ ਚਾਰ ਦੇ ਦੇ ਮੈਂ ਨਾ ਕਰਨੀ ਉਹ ਮੈਂ ਤੇ ਇੰਜੋ ਖਾਉਂਦੇ ਜਿਵੇਂ ਤੂੰ ਉਹਦੇ ਘਰ ਜਾ ਕੇ ਸੌਂਦਾ ਹੈ ਸੌਂਦਾ ਹੀ ਜੋ ਕਰਨੇ ਕਰ ਲੈ ਮੈਂ ਆਪ ਨਹੀਂ ਆਇਆ ਮੈਡਮ ਲੈ ਕੇ ਆਇਆ ਮੈਡਮ ਲੈ ਕੇ ਮੈਨੂੰ ਗੁੱਸਾ ਚੜਦਾ ਜਦੋਂ ਤੁਹਾਡੇ ਨਾਲ ਕੋਈ ਗੱਲ ਕਰਦਾ ਹੈ ਸਹੀ ਗੱਲ ਹੈ ਉਹਦੇ ਨੱਕ ਤੇ ਕੱਛਾ ਟੰਗਿਆ ਤੂੰ ਕੀ ਕਰਨਾ ਹੈ ਬੇਫਿਕਰ ਹੋ ਜਾਓ ਹੁੰਦੇ ਰਹਿਣਗੇ ਤੇਰੇ ਚੋਂ ਪਿੰਡ ਹੋਇਆ ਨੀ ਹੋਣਾ ਹੁੰਦੇ ਰਹਿਣਗੇ ਉਹ ਰਾਣਾ ਉਹ ਲਾਸ਼ ਵਾਲਾ ਵਾਕਿਆ ਨਿਬੇੜ